ਪਿਆਰ ਦਾ ਸਕਨਾ ਬਹੁਤ ਬਹੁਤ ਸੁਆਗਤ ਗੱਲ ਕਰਦੇ ਆ ਐਮਪੀ ਦੇ ਇਲੈਕਸ਼ਨ ਜਿਹੜੇ ਹੁਣੇ-ਹੁਣੇ ਸਮਾਪਤ ਹੋਏ ਬਹੁਤ ਸਾਰੀਆਂ ਪਾਰਟੀਆਂ ਦੀ ਜਿੱਤ ਹੋਈ ਬਹੁਤ ਸਾਰੀਆਂ ਪਾਰਟੀਆਂ ਦੀ ਹਾਰ ਹੋਈ ਪੰਜਾਬ ਦੇ ਵਿੱਚ 13 ਜ਼ੀਰੋ ਦਾ ਦਾਵਾ ਸੀ ਆਪ ਪਾਰਟੀ ਦਾ ਤਿੰਨ ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਏ ਕੀ ਕਾਰਨ ਰਹੇ ਕਿਸ ਤਰੀਕੇ ਦੇ ਨਾਲ ਇਹ ਆਪਣੇ ਪ੍ਰਸਾਰ ਨੂੰ ਦੇਖਦੇ ਆ ਭਵਿੱਖ ਕਿਸ ਤਰੀਕੇ ਦਾ ਰਹੇਗਾ ਸੋ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਸਾਡੇ ਨਾਲ ਨੇ ਰਕੇਸ਼ ਸੁਮਨ ਜੀ ਜੋ ਕਿ ਆਪ ਪਾਰਟੀ ਦੇ ਬਹੁਤ ਤੇਜ਼ ਤਰਾਰ ਨੇਤਾ ਨੇ ਔਰ ਪਾਰਟੀਆਂ ਦਾ ਜਿਹੜਾ ਰੁਖ ਆ ਉਸ ਨੂੰ ਵੀ ਸਮਝਦੇ ਆ ਆਪ ਪਾਰਟੀ ਦੀ ਜਿਹੜੀ ਹੈ ਦਿਸ਼ਾ ਉਸ ਨੂੰ ਵੀ ਦੇਖਦੇ ਆ ਔਰ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਅਹਿਮ ਨਾਮ ਸਰ ਬਹੁਤ-ਬਹੁਤ ਸਵਾਗਤ ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਲੋਕੀ ਪਾਰਟੀਆਂ ਦੀਆਂ ਟਿਕਟਾਂ ਲੈਣ ਵਾਸਤੇ ਲਾਈਨਾਂ 'ਚ ਲੱਗੇ ਹੁੰਦੇ ਤੁਸੀਂ ਬੀਐਸਪੀ ਦੀ ਟਿਕਟ ਛੱਡ ਦਿੱਤੀ ਕੀ ਕਾਰਨ ਰਹੇ ਪਹਿਲੇ ਤਾਂ ਸੰਜੀਵ ਜੀ ਮੈਂ ਤੁਹਾਡਾ ਆਪਣੇ ਤਹੇ ਦਿਲ ਤੋਂ ਸ਼ੁਕਰਿਆਦਾ ਕਰਦਾ ਕਿ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ ਔਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਮੌਕਾ ਦੇ ਰਹੇ ਹੋ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਲੋਕ ਅਕਸਰ ਪਾਰਟੀਆਂ ਨਾਲ ਉਦੋਂ ਨਰਾਜ਼ ਹੁੰਦੇ ਆ ਜਦੋਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਜਾਂਦੀ ਜਾਂ ਜਦੋਂ ਉਹਨਾਂ ਨੂੰ ਅਣ ਸੁਣਾ ਕਰਤਾ ਜਾਏ ਖਾਸ ਕਰ ਉਦੋਂ ਜਦੋਂ ਉਹਨਾਂ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਟਿਕਟੋ ਜੋ ਨਾ ਦਿੱਤੀ ਜਾਏ ਜਾਂ ਟਿਕਟ ਨਾ ਦਿੱਤੀ ਜਾਏ ਸੋ ਟਿਕਟ ਤਾਂ ਇੱਕ ਬਹੁਤ ਮਤਲਬ ਪੋਲਿਟੀਕਲ ਕਰੀਅਰ ਦੇ ਵਿੱਚ ਗੱਲ ਹੀ ਸਾਰੀ ਇੱਥੇ ਆ ਜਾਂਦੀ ਹੈ ਕਿ ਜੋ ਵੀ ਕੋਈ ਕਿਸੇ ਵੀ ਪਾਰਟੀ 'ਚ ਹੁੰਦਾ ਹੈ ਉਹ ਚਾਹੁੰਦਾ ਕਿ ਮੈਨੂੰ ਐਮਐਲਏ ਐਮਪੀ ਦੀ ਟਿਕਟ ਮਿਲੇ ਸੋ ਮੈਨੂੰ ਵੀ ਪਾਰਟੀ ਨੇ ਹਾਈ ਕਮਾਂਡ ਨੇ ਟਿਕਟ ਦਿੱਤੀ ਸੀ ਬਿਲਕੁਲ ਟਿਕਟ ਦਿੱਤੀ ਸੀ ਤੇ ਮੈਂ ਉਹ ਟਿਕਟ ਔਰ ਪਾਰਟੀ ਨੂੰ ਅਲਵਿਦਾ ਕਰਤਾ ਕਿਉਂਕਿ ਕਾਰਨ ਕੀ ਰਹੇ ਆਪ ਪਾਰਟੀ ਨੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਜਾਂ ਬੀਐਸਪੀ ਪਾਰਟੀ ਨੇ ਤੁਹਾਨੂੰ ਕਿਤਨੇ ਕਿਤੇ ਨਿਰਾਸ਼ ਕੀਤਾ ਕਿਸ ਤਰੀਕੇ ਨਾਲ ਦੇਖਿਆ ਇਸ ਤਰ੍ਹਾਂ ਹੈ ਕਿ ਮੈਂ ਬੀਐਸਪੀ ਨੇ ਵੀ ਮੈਨੂੰ ਬਹੁਤ ਨਰਾਸ਼ ਕੀਤਾ ਹਾਈ ਕਮਾਂਡ ਨੇ ਤਾਂ ਮੈਨੂੰ ਟਿਕਟ ਦਿੱਤੀ নো ਡਾਊਟ ਉਹਨਾਂ ਨੇ ਮੇਰੇ ਤੇ ਬਹੁਤ ਭਰੋਸਾ ਕੀਤਾ ਪਬਲਿਕ ਨੇ ਵੀ ਮੇਰੇ ਤੇ ਬਹੁਤ ਭਰੋਸਾ ਕੀਤਾ ਔਰ ਮੈਨੂੰ ਬਹੁਤ ਪਿਆਰ ਦਿੱਤਾ ਪਰ ਜੋ ਸਾਡੇ ਪੰਜਾਬ ਬੀਐਸਪੀ ਦੇ ਜਿਹੜੇ ਮੇਨ ਲੀਡਰ ਹੈਗੇ ਆ ਵੱਡੇ ਲੀਡਰ ਪੰਜਾਬ ਦੇ ਉਹਨਾਂ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਉਹ ਫੀਲਡ ਦੇ ਵਿੱਚ ਜਾਂਦੇ ਹੀ ਨਹੀਂ ਲੋਕਾਂ ਨੂੰ ਮਿਲਦਾ ਹੀ ਨਹੀਂ ਸੋ ਲੋਕ ਬਹੁਤ ਨਰਾਜ਼ ਸੀ ਮੈਂ ਜਦੋਂ ਵੀ ਜਾਣਾ ਫੀਲਡ 'ਚ ਉਹਨਾਂ ਨੇ ਮੈਨੂੰ ਕਹਿਣਾ ਕਿ ਉਹ ਲੀਡਰ ਸਾਡੇ ਕਿੱਥੇ ਆ ਤੇ ਬਸ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਲੋਕਾਂ ਨੇ ਤਾਂ ਮੈਨੂੰ ਹਾਰ ਕੇ ਇਹ ਵੀ ਇਹ ਵੀ ਮੰਨਿਆ ਜਾਂਦਾ ਹੈ ਕਿ ਹੁਸ਼ਿਆਰਪੁਰ ਔਰ ਜਲੰਧਰ ਦੇ ਵਿੱਚ BSP ਦੀ ਜਿਹੜੀ ਬਹੁਤ ਵੱਡਾ ਵੋਟ ਬੈਂਕ ਸੀਗਾ ਉਸ ਨੂੰ ਤੁਸੀਂ ਬਹੁਤ ਡੈਂਟ ਲਗਾਇਆ ਖਾਸ ਕਰਕੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਪਿਛਲੇ MP ਦੇ ਇਲੈਕਸ਼ਨ ਚ ਲਗਭਗ 1.5 ਲੱਖ ਵੋਟ ਜਿਹੜੀ ਆ BSP ਨੇ ਲੈ ਕੇ ਗਈ ਸੀ ਇਸ ਇਲੈਕਸ਼ਨ ਚੋਂ 50000 ਤੋਂ ਵੀ ਥੱਲੇ ਰਹਿ ਗਈ ਸੋ ਇਹਦੇ ਵਿੱਚ ਤੁਹਾਡੀ ਭੂਮਿਕਾ ਜਿਹੜੀ ਉਹ ਉਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਇਹਦੇ ਵਿੱਚ ਮੈਂ ਤੇ ਹਰ ਕੋਈ ਆਪਣੀ ਤਾਰੀਫ ਕਰਦਾ ਹੈ ਹਨਾ ਕਿ ਮੈਂ ਕੀਤਾ ਸਭ ਕੁਝ ਲੇਕਿਨ ਤੁਸੀਂ ਪਬਲਿਕ ਨੂੰ ਪੁੱਛੋ ਤੁਸੀਂ ਇੱਕ ਸੀਨੀਅਰ ਪੱਤਰਕਾਰ ਹੋ ਜਰਨਲਿਸਟ ਹੋ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ ਕਿਉਂਕਿ ਪੰਜਾਬ ਦੇ ਵਿੱਚ ਬੀਐਸਪੀ ਪਾਰਟੀ ਨੇ ਸਭ ਤੋਂ ਪਹਿਲੇ ਮੈਨੂੰ ਟਿਕਟ ਦਿੱਤੀ ਸੀ ਜੀ ਸਭ ਤੋਂ ਪਹਿਲਾ ਕੈਂਡੀਡੇਟ ਮੈਂ ਸੀ ਜਿਹਨੂੰ ਹੁਸ਼ਿਆਰਪੁਰੋਂ ਟਿਕਟ ਅਨਾਉਂਸ ਹੋਈ ਤੇ ਮੈਂ ਕਿਉਂਕਿ ਸਭ ਤੋਂ ਪਹਿਲੇ ਮੈਂ ਅਨਾਉਂਸ ਹੋਇਆ ਸੀ ਤੇ ਮੈਂ ਉੱਥੇ ਬਹੁਤ ਜ਼ੋਰ ਲਾਇਆ ਡੋਰ ਟੂ ਡੋਰ ਚਾਹੇ ਹੁਸ਼ਿਆਰਪੁਰ ਹੈ ਚਾਹੇ ਭਲੱਥਾ ਹੈ ਚਾਹੇ ਜੱਬੇ ਅਲ ਚਾਹੇ ਸ਼੍ਰੀ ਹਰਗੋਬਿੰਦਪੁਰ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮੈਂ ਗਿਆ ਨਹੀਂ ਸੋ ਮੈਂ ਡੋਰ ਟੂ ਡੋਰ ਬਹੁਤ ਘੁੰਮਿਆ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਉਹਦਾ ਨਤੀਜਾ ਹੀ ਹੈ ਇਹ ਕਿ ਜਿੱਤੇ ਮੈਂ ਉਹ ਪਾਰਟੀ ਛੱਡੀ ਐ ਪਾਰਟੀ ਮੈਂ ਬੇਵਜਾ ਨਹੀਂ ਛੱਡੀ ਮੈਂ ਉਹਦਾ ਰੀਜ਼ਨ ਵੀ ਦੱਸੇ ਲੋਕਾਂ ਨੂੰ ਕਿ ਪਾਰਟੀ ਦੇ ਲੋਕ ਕਹਿੰਦੇ ਕੋਸ਼ਾ ਕਰਦੇ ਕੁਛ ਲੇਕਿਨ ਮੈਂ ਕਾਂਸ਼ੀਰਾਮ ਜੀ ਤੋਂ ਪ੍ਰਭਾਵਿਤ ਸੀ ਬੀ ਆਰ ਅੰਬੇਡਕਰ ਜੀ ਤੋਂ ਪ੍ਰਭਾਵਿਤ ਆ ਤੇ ਮੈਂ ਤੇ ਉਹਨਾਂ ਦੇ ਵਿਚਾਰਧਾਰਾ ਤੇ ਚੱਲਦਾ ਸੀ ਮੈਂ ਤੇ ਪਾਰਟੀ ਨੂੰ ਉੱਪਰ ਚੱਕਣਾ ਚਾਹੁੰਦਾ ਸੀ ਪਰ ਉਹ ਲੋਕ ਮੇਰੇ ਨਾਲ ਚੱਲੇ ਹੀ ਨਹੀਂ ਸ਼ਾਇਦ ਉਹ ਉੱਪਰ ਉੱਥ ਵਧਣਾ ਹੀ ਨਹੀਂ ਚਾਹੁੰਦੇ ਉਹ ਚਾਹੁੰਦੇ ਨਹੀਂ ਕਿ ਉਹਨਾਂ ਦੇ MP MLA ਬਣਨ ਪਰ ਮੈਂ ਜਿਹੜਾ ਵੀ ਕੰਮ ਕਰਦਾ ਮੈਂ ਜਿੱਤਣ ਲਈ ਕਰਦਾ ਮੈਂ ਕਿ ਹਰ ਕੋਈ ਹਰ ਕੋਈ ਚਾਹੁੰਦਾ ਕਿ ਉਹ ਜੋ ਵੀ ਕੰਮ ਕਰੇ ਉਹ ਜਿੱਤੇ ਪਰ ਇਹ ਮੈਨੂੰ ਨਹੀਂ ਨਜ਼ਰ ਆ ਰਿਹਾ ਸੀ ਮੈਂ ਕਦੀ ਜਿੱਤ ਸਕਾਂਗਾ ਕਿਉਂਕਿ ਸਾ ਮੇਰੀ ਕੋਈ ਸਪੋਰਟ ਹੀ ਨਹੀਂ ਕਰ ਰਹੀ ਸੀ ਜੀ ਸੋ ਲੋਕੀ ਤੁਹਾਡੇ ਨਾਲ BSP ਦੀ ਜਿਹੜੀ ਹਾਈ ਕਮਾਂਡ ਆ ਉਸ ਨੇ ਪੂਰਾ ਸਾਥ ਨਹੀਂ ਦਿੱਤਾ ਔਰ BSP ਤੋਂ ਆਪ ਦਾ ਸਫਰ ਜਿਹੜਾ ਆਪ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਮੂਲੀਅਤ ਹੋਈ सीएम साहब ਦੇ ਨਾਲ ਤੁਹਾਡੀ ਮੁਲਾਕਾਤ ਹੋਈ ਸੋ ਇਹ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਚਲੋ ਮੈਂ ਇਸ ਤਰ੍ਹਾਂ ਹੈ ਕਿ ਜਦੋਂ ਕੋਈ ਵੀ ਕੈਂਡੀਡੇਟ ਫੀਲਡ ਵਿੱਚ ਘੁੰਮਦਾ ਉਹਨੂੰ ਲੋਕਾਂ ਦਾ ਕਿੰਨਾ ਕੁ ਰਿਸਪਾਂਸ ਮਿਲ ਰਿਹਾ ਕਿੰਨਾ ਕੁ ਪਿਆਰ ਮਿਲ ਰਿਹਾ ਉਹ ਸਰਕਾਰ ਦੀ ਨਜ਼ਰ ਉਹਦੇ ਤੇ ਹੁੰਦੀ ਹੈ ਉਹ ਪਾਰਟੀ ਦਾ ਚਾਹੇ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਹੋਵੇ ਸਰਕਾਰ ਦੇਖਦੀ ਹੈ ਕਿ ਇਹਨੂੰ ਲੋਕ ਕਿਉਂ ਇੰਨਾ ਪਿਆਰ ਕਰ ਰਹੇ ਆ ਸੋ ਜਦੋਂ ਮੈਂ ਘੁੰਮ ਰਿਹਾ ਸੀ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇੰਟੈਲੀਜੈਂਸ ਇਹਨਾਂ ਦੇ ਕੋਲ ਹੈਗੀ ਆ ਵਿਜੀਲੈਂਸ ਇਹਨਾਂ ਕੋਲ ਆ ਸੋ ਥਰੂ ਇੰਟੈਲੀਜੈਂਸ ਇਹਨਾਂ ਨੂੰ ਪਤਾ ਲੱਗ ਰਿਹਾ ਸੀ ਕਿ ਇਸ ਕੈਂਡੀਡੇਟ ਨੂੰ ਬਹੁਤ ਪਿਆਰ ਮਿਲ ਰਿਹਾ ਪਰ ਪਾਰਟੀ ਇਹਦੇ ਨਾਲ ਠੀਕ ਵਿਵਹਾਰ ਨਹੀਂ ਕਰ ਰਹੀ ਸੋ ਇਹ ਸਾਰਾ ਕੁਝ ਦੇਖਦੇ ਹੋਏ ਸੀਐਮ ਸਾਹਿਬ ਦੇ ਓਐਸਡੀ ਨੇ ਮੈਨੂੰ ਕੰਟੈਕਟ ਕੀਤਾ ਜੀ ਤੇ ਸੀਐਮ ਸਾਹਿਬ ਦੇ ਕੀਤੇ ਹੋਏ ਕੰਮਾਂ ਤੋਂ ਮੈਂ ਪਹਿਲੇ ਪ੍ਰਭਾਵਿਤ ਸੀ ਜਦੋਂ ਮੈਂ ਡੋਰ ਟੂ ਡੋਰ ਫੀਲਡ 'ਚ ਜਾ ਰਿਹਾ ਸੀ ਤੇ ਲੋਕ ਮੈਨੂੰ ਠੀਕ ਹੈ ਮੈਨੂੰ ਤੇ ਪਿਆਰ ਉਹ ਜ਼ਰੂਰ ਦੇ ਰਹੇ ਸੀ ਪਰ ਉਹ ਮੈਨੂੰ ਨਾਲ-ਨਾਲ ਕਹਿ ਰਹੇ ਸੀ ਕਿ ਜੋ ਕੰਮ ਸੀਐਮ ਸਾਹਿਬ ਨੇ 2 ਸਾਲ ਚ ਕਰ ਦਿੱਤੇ ਆ ਇੰਨੇ ਕੰਮ ਤਾਂ ਕੋਈ 20 ਸਾਲ ਚ ਜਾਂ 30 ਸਾਲ ਚ ਨਹੀਂ ਕਰ ਸਕਦਾ ਭਗਵੰਤ ਮਾਨ ਦੀ ਸ਼ਖਸੀਅਤ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇੱਕ ਪਾਸੇ ਅਸੀਂ ਦੇਖਦੇ ਆਂ ਕਿ ਵਿਧਾਨ ਸਭਾ ਵਿੱਚ ਬੜਾ ਅਗਰੈਸਿਵ ਰੂਪ ਇਸ ਪ੍ਰਚਾਰ ਦੇ ਵਿੱਚ ਵੀ ਅਸੀਂ ਦੇਖਦੇ ਆਂ ਬੜਾ ਅਗਰੈਸਿਵ ਰੂਪ ਭਗਵੰਤ ਮਾਨ ਹੋਣਾ ਦੇਖ ਕੇ ਮਿਲਦਾ ਦੂਸਰੇ ਪਾਸੇ ਪੰਜਾਬ ਦੇ ਡਿਵੈਲਪਮੈਂਟ ਦੇ ਕੁਝ ਮੁੱਦੇ ਜਿਹੜੇ ਆ ਉਹਨਾਂ ਨਾਲ ਜੁੜੇ ਹੋਏ ਓਵਰਆਲ ਪਰਸਨੈਟੀ ਨੂੰ ਤੁਸੀਂ ਕਿੱਦਾਂ ਅਸੈਸ ਕਿਤਾ ਦੇਖੋ ਭਗਵੰਤ ਮਾਨ ਜੀ ਸਾਡੇ ਸੀਐਮ ਸਾਹਿਬ ਓਵਰਆਲ ਮੈਂ ਤੁਹਾਨੂੰ ਉਹਨਾਂ ਦੀ ਪਰਸਨੈਲਿਟੀ ਬਿਆਨ ਨਹੀਂ ਕਰ ਸਕਦਾ ਇੰਨੀ ਜਲਦੀ ਉਹਨਾਂ ਨੇ ਇੰਨੇ ਕੰਮ ਕੀਤੇ ਆ ਔਰ ਉਹਨਾਂ ਦੀ ਸ਼ਖਸੀਅਤ ਐਸੀ ਹੈ ਕਿ ਜੇ ਆਪਾਂ ਉਹਦੇ ਤੇ ਗੱਲ ਕਰਨ ਬੈਠ ਜਾਈਏ ਨਾ ਮੈਨੂੰ ਲੱਗਦਾ ਕਿ ਆਪਾਂ ਨੂੰ 2-3 ਦਿਨ ਗੱਲ ਕਰਨੀ ਪੈਗੀ ਉਹ ਕੁਝ ਮਿੰਟਾਂ ਘੰਟਿਆਂ ਚ ਨਹੀਂ ਉਹਨਾਂ ਨੂੰ ਮੈਂ ਉਹਨਾਂ ਦੀ ਸ਼ਖਸੀਅਤ ਬਿਆਨ ਕਰ ਸਕਦਾ ਸੀਐਮ ਸਾਹਿਬ ਨੇ ਜੋ ਕੁਝ ਕਰ ਦਿੱਤਾ ਮਤਲਬ ਉਹਦਾ ਤੇ ਕੋਈ ਜਵਾਬ ਹੀ ਨਹੀਂ ਨਾ ਹੈ ਜੀ ਆਪਦਾ ਗ੍ਰਾਫ ਜਿਹੜਾ ਇਹਨਾਂ ਇਲੈਕਸ਼ਨਸ ਵਿੱਚ ਡਿਕਲਾਈਨ ਹੋਇਆ ਨਜ਼ਰ ਆਉਂਦਾ ਪਿਆ 32 ਸੀਟਾਂ ਦੇ ਉੱਤੇ ਅਗਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਸਿਮਟ ਕੇ ਰਹਿ ਗਈ ਹਾਲਾਂਕਿ ਹੁਸ਼ਾਰਪੁਰ ਸੀਟ ਜਿਹੜੀ ਇੱਕ ਮਹੱਤਵਪੂਰਨ ਵਿਕਟਰੀ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ ਕਿੱਦਾਂ ਮਹਿਸੂਸ ਕਰਦੇ ਹੋ ਆਉਣ ਵਾਲਾ ਸਮਾਂ ਕਿਦਾਂ ਰਹਿਣ ਵਾਲਾ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਦੂਸਰੀਆਂ ਪਾਰਟੀਆਂ ਨੂੰ ਜੇ ਦੇਖੀਏ ਚਾਹੇ ਉਹ ਭਾਜਪਾ ਹੋਵੇ ਜਾਂ ਚਾਹੇ ਅਕਾਲੀ ਦਲ ਹੈ ਜਿਨ੍ਹਾਂ ਦੇ ਕਦੀ ਮੰਤਰੀ ਹੁੰਦੇ ਸੀ ਜਿਨ੍ਹਾਂ ਦੇ ਐਨ ਐਨ ਐਮ ਪੀ ਹੁੰਦੇ ਸੀ ਉਹਨਾਂ ਦਾ ਤਾਂ ਕੋਈ ਸਫਾਇਆ ਹੀ ਹੋ ਗਿਆ ਬਿਲਕੁਲ ਦੱਸੋ ਭਾਜਪਾ ਦਾ ਇੱਕ ਵੀ ਐਮਪੀ ਆਇਆ ਅਕਾਲੀ ਦਲ ਦਾ ਇੱਕ ਐਮਪੀ ਆਇਆ ਬਸ ਬਟਿੰਡੇ ਤੋਂ ਜੀ ਔਰ ਜਦ ਕਿ ਸਾਡੀ ਪਾਰਟੀ ਦੇ ਤਿੰਨ ਐਮਪੀ ਆਏ ਆ ਤੁਸੀਂ ਕਿਹੜੀਆਂ ਕਿਹੜੀਆਂ ਨੀਤੀਆਂ ਤੁਹਾਨੂੰ ਲੱਗਦਾ ਕਿ ਆਪ ਦੀਆਂ ਜਿਹੜੀਆਂ ਜਨਤਾ ਦੇ ਗ੍ਰਾਸ ਰੂਟ ਲੈਵਲ ਤੱਕ ਪਹੁੰਚ ਰਹੀਆਂ ਜਾਂ ਹਜੇ ਤੱਕ ਪ੍ਰਸਾਰ ਹੋਣਾ ਬਾਕੀ ਹੈ ਇਸ ਤਰ੍ਹਾਂ ਹੈ ਕਿ ਦਲਿਤ ਬੱਚਿਆਂ ਲਈ ਕੀਤੇ ਗਏ ਕੰਮ ਚਾਹੇ ਉਹ ਬੱਚਿਆਂ ਦੇ ਮਜ਼ਦੂਰੀਫੇਆਂ ਚਾਹੇ ਸਕਾਲਰਸ਼ਿਪ ਹੈ ਤੇ ਚਾਹੇ ਬਿਜਲੀ ਦੀ ਗੱਲ ਕਰ ਲਓ ਹਰ ਘਰ ਇਲੈਕਟ੍ਰਿਸਿਟੀ ਫ੍ਰੀ ਐਪਲੈਂਡਸ ਕਿਸੇ ਦਾ ਬਿੱਲ ਨਹੀਂ ਆਉਂਦਾ ਸੋ ਬਹੁਤ ਕੁਝ ਐ ਸੀਐਮ ਸਾਹਿਬ ਨੇ ਬਥੇਰਾ ਕੁਝ ਕੀਤਾ ਹੈ ਬੇਰੋਜ਼ਗਾਰਾਂ ਨੂੰ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਤੁਸੀਂ ਦੱਸੋ ਕਿ ਅਜ ਤੱਕ ਕਦੀ ਸੁਣਿਆ ਤੁਸੀਂ ਕਿ ਕਿਸੇ ਗਰੀਬ ਘਰ ਦੇ ਵਿੱਚੋਂ ਕੋਈ ਇੰਸਪੈਕਟਰ ਨੂੰ ਨੌਕਰੀਆਂ ਮਿਲੀਆਂ ਫ੍ਰੀ ਬਿਜਲੀ ਵੀ ਮਿਲੀ ਐ ਤਾਂ ਲੋਕਾਂ ਦਾ ਸਮਰਥਨ ਉਸ ਲੈਵਲ ਤੇ ਕਿਉਂ ਨਹੀਂ ਮਿਲਿਆ ਉਹ ਪੰਜਾਬ ਦੀ ਅਗਰ ਗੱਲ ਕਰੀਏ ਮੈਨੂੰ ਨਹੀਂ ਸਮਝ ਆ ਰਿਹਾ ਤੁਸੀਂ ਇਹ ਗੱਲ ਕਿਵੇਂ ਕਹਿ ਰਹੇ ਹੋ ਸਮਰਥਨ ਕਿਉਂ ਨਹੀਂ ਮਿਲਿਆ ਸਮਰਥਨ ਮਿਲਿਆ ਸਾਡੇ ਐਮਪੀ ਉਵੇਂ ਹੀ ਥੋੜੀ ਜਿੱਤ ਗਏ ਪਹਿਲੇ ਇੱਕ ਸੀ ਸਾਡਾ ਐਮਪੀ ਹੁਣ ਸਾਡੇ 3 ਐਮਪੀ ਆ ਔਰ ਅਗਰ ਤੁਸੀਂ ਓਵਰਆਲ ਵੋਟ ਪਰਸੈਂਟੇਜ ਦੇਖੋ ਤੇ ਬੀਜੇਪੀ ਦਾ ਸਫਾਇਆ ਹੋਇਆ ਅਕਾਲੀ ਦਲ ਦਾ ਸਫਾਇਆ ਹੋਇਆ ਕਾਂਗਰਸ ਦੀ ਵੋਟ ਘਟੀ ਹੈ ਉਹ ਠੀਕ ਹੈ ਕਿ ਉਹ ਥੋੜੇ ਥੋੜੇ ਮਾਰਜਨ ਤੋਂ ਜ਼ਰੂਰ ਜਿੱਤ ਗਏ ਆ ਪਰ ਆਮ ਆਦਮੀ ਪਾਰਟੀ ਦੀ ਪੋਪੂਲਾਰਿਟੀ ਜਿਵੇਂ ਪਹਿਲੇ ਵਧੀ ਹੋਈ ਸੀ ਉਵੇਂ ਹੀ ਬਰਕਰਾਰ ਹੈ ਔਰ ਠੀਕ ਹੈ ਕਿਉਂਕਿ ਹਲੇ ਸਰਕਾਰ ਹੁਣੇ ਬਣੀ ਹੈ ਲੋਕਾਂ ਨੂੰ ਉਮੀਦਾਂ ਜ਼ਿਆਦਾ ਸੀ ਐਮ ਸਾਹਿਬ ਤੋਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸੀਐਮ ਸਾਹਿਬ ਨੇ ਪਤਾ ਨਹੀਂ ਕੋਈ ਜਾਦੂ ਦੀ ਛੜੀ ਚਲਾ ਦੇਣੀ ਹੈ ਤੇ ਸਾਰਾ ਕੁਝ ਮਤਲਬ ਰਾਤੋਂ ਰਾਤ ਕਰ ਦੇਣਾ ਹੁਣ ਉਹਨਾਂ ਨੂੰ ਥੋੜਾ ਸਮਾਂ ਤਾਂ ਚਾਹੀਦਾ ਨਾ ਪੇਸ਼ੈਂਸ ਚੱਬੇਵਾਲ ਦਾ ਇਲੈਕਸ਼ਨ ਹੁਣ ਬਾਈ ਇਲੈਕਸ਼ਨ ਦੇ ਵਿੱਚ ਹੋਏਗਾ ਕਿਉਂਕਿ ਉਹ ਸੀਟ ਜਿਹੜੀ ਖਾਲੀ ਹੋ ਗਈ ਤੁਹਾਡੀ ਬਿਲੋਂਗਿੰਗ ਵੀ ਚੱਬੇਵਾਲ ਦੇ ਨਾਲ ਹੈਗੀ ਹੈ ਆਪਣੇ ਆਪ ਨੂੰ ਉਮੀਦਵਾਰ ਦੇ ਤੌਰ ਤੇ ਦੇਖਦੇ ਹੋ ਚੱਬੇਵਾਲ ਤੋਂ ਜੀ ਨਹੀਂ ਦੇਖੋ ਮੈਂ ਤੇ ਪਾਰਟੀ ਦਾ ਵਰਕਰ ਆ ਪਾਰਟੀ ਦੇ ਸਿਪਾਈ ਹੈਗੇ ਆ ਸੋ ਨਾ ਕੇਵਲ ਚੱਬੇਵਾਲ ਤੋਂ ਜੇ ਤੁਸੀਂ ਮੈਨੂੰ ਪੁੱਛੋ ਮੈਨੂੰ ਤਾਂ ਚਾਹੇ ਪਾਰਟੀ ਅੰਮ੍ਰਿਤਸਰ ਤੋਂ ਕਹਦਾ ਮੈਨੂੰ ਤਾਂ ਚਾਹੇ ਪਾਰਟੀ ਦਿੱਲੀ ਤੋਂ ਕਹਦਾ ਤੇ ਚਾਹੇ ਪਾਰਟੀ ਕਿਸੇ ਪਾਰਟੀ ਦੇ ਫੰਕਸ਼ਨ ਦੇ ਵਿੱਚ ਸਾਨੂੰ ਕੁਰਸੀਆਂ ਲਾਉਣ ਨੂੰ ਕਹਦਾ ਜੋ ਵੀ ਪਾਰਟੀ ਸਾਨੂੰ ਕੰਮ ਕਹੇਗੀ ਆਦੇਸ਼ ਦੇਗੀ ਕਿਦਾ ਸਭ ਕੁਝ ਕਰਨ ਨੂੰ ਤਿਆਰ ਹਾਂ ਹਾਂ ਠੀਕ ਹੈ ਕਿ ਚੱਬੇਵਾਲ ਤੋਂ ਲਹਿਲੀ ਕਲਾਂ ਤੋਂ ਮੇਰੇ ਨਾਨਾ ਜੀ ਦੇ ਬ੍ਰਦਰ ਉੱਥੇ ਰਹਿ ਰਹੇ ਸੀ ਔਰ 1956 ਦੇ ਵਿੱਚ 1956 ਉਹ ਐਮਐਲਏ ਵੀ ਬਣੇ ਸੀ ਹੁਸ਼ਿਆਰਪੁਰੋਂ ਠੀਕ ਹੈ ਕਿ ਸਾਡੀਆਂ ਰੂਟਸ ਉੱਥੇ ਵੀ ਹੈਗੀਆਂ ਪਰ ਬਿਨਾ ਪਾਰਟੀ ਦੇ ਹੁਕਮ ਤੋਂ ਅਸੀਂ ਕੁਝ ਨਹੀਂ ਕਰ ਸਕਦੇ ਇੱਕ ਪਾਸੇ ਬੀਐਸਪੀ ਦਾ ਬਹੁਤ ਵੱਡਾ ਵੋਟ ਬੈਂਕ ਤੁਸੀਂ ਸ਼ਿਫਟ ਕਰਵਾਇਆ ਆਪ ਦੇ ਵਿੱਚ ਔਰ ਦੂਸਰੇ ਪਾਸੇ ਚੱਬੇਵਾਲ ਚੋਂ ਕਿਉਂਕਿ ਹੁਣ ਇਲੈਕਸ਼ਨ ਹੋਣਾ ਬਾਈ ਇਲੈਕਸ਼ਨ ਤਾਂ ਹੋਣਾ ਹੀ ਹੈ ਤੁਹਾਡੀ ਤਿਆਰੀ ਕਿੰਨੀ ਕੁ ਤੁਸੀਂ ਸੋਚ ਰਹੇ ਹੋ ਜੇ ਪਾਰਟੀ ਤੁਹਾਨੂੰ ਹੁਕਮ ਕਰਦੀ ਹੈ ਕਿ ਤੁਸੀਂ ਚੱਬੇਵਾਲ ਤੋਂ ਕੰਟੈਸਟ ਕਰੋ ਤਾਂ ਤੁਸੀਂ ਕਿੰਨੇ ਕੇ ਆਪਣੇ ਆਪ ਨੂੰ ਤਿਆਰ ਸਮਝਦੇ ਹੋ ਦੇਖੋ ਮੈਂ ਖੁਦ ਹੈਰਾਨ ਹੈਗਾ ਮੈਨੂੰ ਖੁਦ ਨਹੀਂ ਸਮਝ ਆ ਰਹੀ ਕਿ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਜਦੋਂ ਮੈਂ ਕੰਪੇਨਿੰਗ 'ਨੇ ਘੁੰਮ ਰਿਹਾ ਸੀ ਨਾ ਤੇ ਕੁਝ ਬਜ਼ੁਰਗ ਕੁਝ ਅਰਾਊਂਡ 60 62 ਸਾਲ ਦੇ ਲੋਕ ਉਹ ਮੈਨੂੰ ਕਹਿੰਦੇ ਸੀ ਕਿ ਤੇਰੇ 'ਚ ਸਾਨੂੰ ਕਾਂਸ਼ੀਰਾਮ ਜੀ ਨਜ਼ਰ ਆਉਂਦੇ ਆ ਜਿੱਦਾਂ ਉਹ ਐਗਰੈਸਿਵਲੀ ਘੁੰਮਦੇ ਸੀ ਜਿਵੇਂ ਉਹ ਵੋਟਰਜ਼ ਦੇ ਕੋਲ ਐਗਰੈਸਿਵਲੀ ਜਾਂਦੇ ਸੀ ਸਮਝਾਉਂਦੇ ਸੀ ਸਾਨੂੰ ਤੇਰੇ 'ਚ ਵੀ ਉਹ ਕੁਝ ਨਜ਼ਰ ਆ ਰਿਹਾ ਹੈ ਤੇ ਬਟ ਮੈਨੂੰ ਨਹੀਂ ਸਮਝ ਆ ਰਿਆ ਸੀ ਕਿ ਇੰਨਾ ਪਿਆਰ ਮੈਨੂੰ ਕਿਵੇਂ ਮਿਲ ਰਿਹਾ ਹੈ ਤੇ ਜਦੋਂ ਮੈਂ BSP ਛੱਡੀ ਸੀ ਤੇ ਮੈਨੂੰ ਪਾਰਟੀ ਦੇ ਲੀਡਰ ਕਹਿੰਦਾ ਕਿ ਤੇਰੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਤੇ ਮੈਨੂੰ ਵੀ ਲੱਗਿਆ ਕਿ ਸ਼ਾਇਦ ਇਹਨਾਂ ਨੂੰ ਮੇਰੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ ਪਰ ਜਦੋਂ ਜਦੋਂ ਮੈਂ ਉਹਨਾਂ ਨੂੰ ਚੈਲੰਜ ਕਰਤਾ ਕਿ 4 ਜੂਨ ਨੂੰ ਜਦੋਂ ਰਿਜ਼ਲਟ ਆਏਗਾ ਤੇ ਤੁਹਾਨੂੰ ਪਤਾ ਲੱਗੂਗਾ ਮੇਰੇ ਜਾਣ ਨਾਲ ਤੁਹਾਨੂੰ ਕੀ ਫਰਕ ਪਿਆ ਤੇ ਜਦੋਂ 1.5 ਲੱਖ ਤੋਂ 40 ਹਜ਼ਾਰ ਤੇ ਆ ਗਏ ਚਾਹੇ ਉਹ ਹੁਸ਼ਿਆਰਪੁਰ ਹੈ ਚਾਹੇ ਜਲੰਧਰ ਹੈ ਮੈਂ ਦੋਵੇਂ ਜਗ੍ਹਾ ਪੂਰਾ ਪ੍ਰਚਾਰ ਕੀਤਾ ਜਲੰਧਰ ਵੀ ਦੇਖ ਲਓ ਬਲਵਿੰਦਰ ਕੁਮਾਰ ਜੀ 2.5 ਲੱਖ ਵੋਟ ਪਿਛਲੀ ਵਾਰ ਲੈ ਗਏ ਸੀ ਐਨਕੀ 40000 ਤੇ ਰਹਿ ਗਏ ਸੋ ਜੇਕਰ ਮੈਂ ਮਹੀਨੇ ਦੇ ਵਿੱਚ ਇੰਨਾ ਫਰਕ ਪਾ ਸਕਦਾ ਤਾਂ ਚੱਬੇਵਾਲ ਤੇ ਛੋਟੀ ਜੀ ਕੌਨਸਟਿਟੂਐਂਸੀ ਹੈ ਜੀ ਉੱਥੇ ਕਿਉਂ ਨਹੀਂ ਮੈਂ ਮਤਲਬ ਆਪਾ ਪਾਰਟੀ ਨੂੰ ਵੱਟੋ ਵੱਟੋ ਡਾਵਾਦਾਰ ਦੇ ਤੌਰ ਤੇ ਦੇਖਦੇ ਹੋ ਸਰ ਅਗਰ ਗੱਲ ਕਰੀਏ ਬੀਜੇਪੀ ਦੀ ਹਾਂਜੀ ਭਾਰਤ ਦੇ ਵਿੱਚ ਵੀ ਬਹੁਤ ਉਥਲ ਪੁਥਲ ਹੋਈ ਆ 400 ਪਾਰ ਦਾ ਨਾਰਾ ਸੀਗਾ 292 ਐਨਡੀਏ ਸਿਮਟ ਕੇ ਰਹਿ ਗਿਆ ਭਾਜਪਾ ਆਪਣੇ ਆਪ ਚ 240 41 ਟੈਂਡ ਉਤਰ ਗਈ ਇਸ ਹਾਰ ਨੂੰ ਜਾਂ ਇਸ ਡਿਕਲਾਈਨ ਨੂੰ ਤੁਸੀਂ ਕਿੱਦਾਂ ਦੇਖਦੇ ਇਸ ਹਾਰ ਨੂੰ ਦੇਖੋ ਇਹ ਜਦੋਂ ਆਪਾਂ ਓਵਰ ਕੌਨਫੀਡੈਂਸ ਹੋ ਜਾਂਦਾ ਨਾ ਕਿਸੇ ਗੱਲ 'ਚ 400 ਪਰ 500 ਪਰ 300 ਪਰ ਫਿਰ ਤੁਸੀਂ ਪਬਲਿਕ ਤੇ ਛੱਡ ਦੋ ਕਿ ਪਬਲਿਕ ਤੁਹਾਨੂੰ ਕਿੰਨਾ ਪਿਆਰ ਕਰਦੀ ਹੈ ਪਬਲਿਕ ਤੁਹਾਨੂੰ ਤਾਂ ਹੀ ਪਿਆਰ ਕਰੇਗੀ ਅਗਰ ਤੁਸੀਂ ਪਬਲਿਕ ਦੇ ਕੰਮ ਕੀਤੇ ਆ ਤੇ ਜਦੋਂ ਤੁਸੀਂ ਕੰਮ ਕਰੋਗੇ ਤਾਂ ਲੋਕ ਤੁਹਾਨੂੰ ਕਹਿਣਗੇ ਕਿ ਤੁਹਾਨੂੰ 400 ਪਰ ਕਰਾਂਗੇ ਸਾਨੂੰ ਖੁਦ ਨਹੀਂ ਕਹਿਣਾ ਪੈਂਦਾ ਖੁਦ ਤਾਂ ਉਹਨਾਂ ਨੇ ਕੁਝ ਕੀਤਾ ਨਹੀਂ ਸੈਂਟਰ ਚ ਦੇਖ ਲਓ ਕੀ ਹੈ ਪੰਜਾਬ ਦਾ ਵੀ ਇੰਨਾ ਪੈਸਾ ਰੋਕਿਆ ਹੋਇਆ ਹੈ ਪੰਜਾਬ ਦਾ ਬਿਲਕੁਲ ਬਹੁਤ ਵੱਡਾ ਮੁੱਦਾ ਜਿਹੜਾ ਕਿ ਪੰਜਾਬ ਦਾ ਆਰਡੀਐਫ ਦਾ ਪੈਸਾ ਜਾਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਕਿਉਂਕਿ ਇੱਕ ਕਿਸਮ ਦੇ ਵਿਰੋਧੀ ਧਿਰਾਂ ਜਿਹੜੀਆਂ ਦੋਨੇ ਬੈਠੀਆਂ ਹੋਈਆਂ ਸੋ ਹੁਣ ਵੀ ਸੇਮ ਪੋਜੀਸ਼ਨ ਹੈਗੀ ਹੈ ਪੰਜਾਬ ਨੂੰ ਤੁਸੀਂ ਸੈਂਟਰ ਦੇ ਨਾਲ ਵਿਰੋਧੀ ਧਿਰ ਦੇ ਤੌਰ ਤੇ ਦੇਖਦੇ ਆ ਜਦੋਂ ਤਾਂ ਫਿਰ ਪੰਜਾਬ ਦਾ ਵਿਕਾਸ ਕਿੱਦਾਂ ਹੋਏਗਾ ਦੇਖੋ ਪੰਜਾਬ ਦੇ ਨਾਲ ਤਾਂ ਨਾ ਸੈਂਟਰ ਸਰਕਾਰ ਇਦਾਂ ਵਿਤਕਰਾ ਕਰ ਰਹੀ ਹੈ ਜਿਵੇਂ ਨਾ ਬੰਦਾ ਇੱਕ ਚੰਗਾ ਭਲਾ ਹੁੰਦਾ ਸੁਜਾਖਾ ਪਰ ਉਹਨਾਂ ਵਾਂਗੂ ਸਾਡੇ ਨਾਲ ਬਿਹੇਵ ਕਰ ਰਿਹਾ ਚੰਗਾ ਭਲਾ ਸਰਕਾਰ ਸੈਂਟਰ ਦੀ ਸਰਕਾਰ ਨੂੰ ਸੁਣਦਾ ਪਰ ਸੁਣਦੇ ਹੋਏ ਵੀ ਬੋਲਿਆਂ ਵਾਂਗੂ ਸਾਡੇ ਨਾਲ ਉਹ ਵਤੀਰਾ ਕਰ ਰਹੀ ਹੈ ਯਾਨੀ ਅੰਨਿਆਂ ਤੇ ਬੋਲਿਆਂ ਵਾਂਗੂ ਪੰਜਾਬ ਦੇ ਨਾਲ ਉਹ ਵਿਵਹਾਰ ਕਰ ਰਹੀ ਹੈ ਚਾਹੇ ਸਾਡੀਆਂ ਬੇਰੋਜ਼ਗਾਰ ਭੈਣਾ ਆ ਸਾਡੇ ਨੌਜਵਾਨ ਭਰਾ ਹੈ ਚਾਹੇ ਸਾਡੇ ਦੇਸ਼ ਦੇ ਕਿਸਾਨ ਨੇ ਹੈ ਚਾਹੇ ਮਜ਼ਦੂਰ ਹੈ ਚਾਹੇ ਸਾਡੇ ਦਲਿਤ ਨੌਜਵਾਨ ਸਾਥੀ ਹੈ ਕਿਸੇ ਦਾ ਫੰਡ ਨਹੀਂ ਆਉਂਦੇ ਰਿਹਾ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਸਾਰਾ ਪੈਸਾ ਰੋਕ ਕੇ ਬੈਠੇ ਹੋਏ ਹੈ ਬੀਜਪੀ ਦਾ ਇਸ ਇਲੈਕਸ਼ਨ ਦੇ ਵਿੱਚ ਨਿਰਾਸ਼ਾਜਨਕ ਪਰਫਾਰਮੈਂਸ ਲਈ ਇੱਕ ਇਹ ਵੀ ਮੰਨਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਔਰ ਖਾਸ ਕਰਕੇ ਪਿੰਡਾਂ ਵਿੱਚ ਬੀਜਪੀ ਨੂੰ ਪ੍ਰਚਾਰ ਨਹੀਂ ਕੀਤਾ ਕਰਨ ਦਿੱਤਾ ਗਿਆ ਇਹ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਸ ਚੀਜ਼ ਤੁਹਾਨੂੰ ਮੈਂ ਦੱਸਦਾ ਕਿ ਇੱਕ ਪਰਿਵਾਰ ਦੇ ਵਿੱਚ ਜਦੋਂ ਇੱਕ ਬੱਚਾ ਗਵਰਨਮੈਂਟ ਨੌਕਰੀ ਕਰ ਰਿਹਾ ਹੋਵੇ ਔਰ ਸਾਰਾ ਪਰਿਵਾਰ ਉਹਦੇ ਤੇ ਡਿਪੈਂਡ ਹੋਵੇ ਕਮਾਈ ਦਾ ਸਾਧਨ ਉਹੀ ਹੋਵੇ ਔਰ ਉਹਦੇ باوجود ਵੀ ਉਹ ਬੱਚਾ ਜਦੋਂ ਆਪਣੀ ਨੌਕਰੀ ਦੀ ਪਰਵਾਹ ਨਾ ਕਰੇ ਔਰ ਇੱਕ ਚੁਣੇ ਹੋਏ ਐਮਪੀ ਨੂੰ ਥੱਪੜ ਮਾਰਦਾ ਹੈ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ ਤਾਂ ਤੁਸੀਂ ਸੋਚੋ ਕਿ ਉਹਨਾਂ ਦੇ ਵਿੱਚ ਸੋਚੋ ਕਿ ਕਿੰਨਾ ਉਹਨਾਂ ਦੇ ਅੰਦਰ ਗੁੱਸਾ ਹੈ ਕਿਸਾਨੀ ਕਿੰਨਾ ਉਹਨਾਂ ਦੇ ਅੰਦਰ ਗੁੱਸਾ ਸੋ ਜੋ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਉਹੀ ਉਹਨਾਂ ਨੂੰ ਭਾਰਾ ਪੈ ਗਿਆ ਸਾਰੇ ਦੇਸ਼ ਦੇਖ ਲਓ ਕਿੱਥੇ ਲਿਆ ਕੇ ਰੱਖਤਾ ਉਹਨਾਂ ਨੂੰ ਪੰਜਾਬ ਚੋਂ ਭਾਰਤ ਜਨਤਾ ਪਾਰਟੀ ਦਾ ਕੋਈ ਐਮਪੀ ਨਹੀਂ ਜਿੱਤਿਆ ਹੁਣ ਪੰਜਾਬ ਦੇ ਵਿੱਚੋਂ ਮਿਨਿਸਟਰੀ ਦੇ ਵਿੱਚ ਵੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਹੋਣ ਦੇ ਚਾਂਸਸ ਹੈ ਇਹਦੇ ਨਾਲ ਪੰਜਾਬ ਨੂੰ ਕਿੱਡਾਕ ਵੱਡਾ ਨੁਕਸਾਨ ਦੇਖਦੇ ਪੰਜਾਬ ਦੇ ਨਾਲ ਤਾਂ ਉਹ ਪਹਿਲੇ ਹੀ ਤੁਹਾਨੂੰ ਮੈਂ ਦੱਸਿਆ ਤਾਂ ਹੈ ਕਿ ਅੰਨਿਆਂ ਦੇ ਬੋਲਿਆਂ ਵਾਂਗੂ ਬਤਕਰਾ ਕਰ ਰਹੇ ਉਹਨਾਂ ਨੂੰ ਤਾਂ ਸਾਡੀ ਆਵਾਜ਼ ਸੁਣਦੀ ਨਹੀਂ ਪਰ ਸਾਡੇ ਜਿਹੜੇ ਤਿੰਨ ਐਮਪੀ ਜਿੱਤੇ ਆ ਹੁਣ ਉਹ ਇਹਨਾਂ ਦੇ ਬੋਲੇ ਕੰਨਾਂ ਨੂੰ ਖੋਲ ਦੇਣਗੇ ਜਦੋਂ ਉੱਥੇ ਗੂੰਜਣਗੇ ਉਹ ਪਾਰਲੀਮੈਂਟ ਦੇ ਵਿੱਚ ਖਾਸ ਕਰ ਸਾਡੇ ਰਾਜਕੁਮਾਰ ਚੱਬੇਵਾਲ ਜੀ ਇੱਕ ਬਹੁਤ ਹੀ ਅੱਛਾ ਬੋਲਣ ਵਾਲੇ ਲੀਡਰ ਆ ਉਹਨਾਂ ਦੀ ਸਪੀਚ 'ਚ ਬਹੁਤ ਦਮ ਹੈ ਔਰ ਉਹ ਜੋ ਗੱਲ ਵੀ ਕਰਦੇ ਆ ਪੂਰੀ ਵਜਨਦਾਰ ਗੱਲ ਕਰਦੇ ਆ ਜਦੋਂ ਪਾਰਲੀਮੈਂਟ 'ਚ ਗੂੰਜਣਗੇ ਤੇ ਆਪਣੇ ਆਪ ਸਾਡੀ ਆਵਾਜ਼ ਉੱਥੇ ਤੱਕ ਪਹੁੰਚੇਗੀ ਉਹ ਚਾਹੇ ਸਾਡੀ ਆਵਾਜ਼ ਸੁਣਨ ਚਾਹੇ ਨਾ ਸੁਣਨ ਪਰ ਸਾਨੂੰ ਆਪਣੀ ਆਵਾਜ਼ ਪਹੁੰਚਾਉਣੇ ਆਉਂਦੇ ਆ ਜੀ ਰਾਜਕਮਰ ਚੱਬੇਵਾਲ ਹੁਣਾਂ ਦੀ ਤੁਸੀਂ ਜਦੋਂ ਗੱਲ ਕਰਦੇ ਆ ਤਾਂ ਹੁਣ ਚੱਬੇਵਾਲ ਦਾ ਇਲੈਕਸ਼ਨ ਜਿਹੜਾ ਉਹਦੇ ਵਿੱਚ ਇਹ ਵੀ ਸਰਗਰਮੀਆਂ ਤੇਜ਼ ਹੋ ਗਈਆਂ ਕਿ ਪਰਿਵਾਰ ਵਿੱਚੋਂ ਕਿਸ ਨੂੰ ਟਿਕਟ ਦਿੱਤੀ ਜਾਏ ਅਗਰ ਇੰਦਾ ਦੇ ਸੁਰ ਤੇਜ਼ ਹੁੰਦੇ ਆ ਤਾਂ ਫਿਰ ਤੁਹਾਡਾ ਕੀ ਰੁਕ ਰਾਇਗਾ ਦੇਖੋ ਮੈਂ ਤੇ ਪਾਰਟੀ ਦਾ ਸਿਪਾਹੀ ਹੈਗਾ ਪਾਰਟੀ ਕਿਸੇ ਨੂੰ ਵੀ ਉੱਥੋਂ ਟਿਕਟ ਦਵੇ ਜਿਵੇਂ ਅਸੀਂ ਪੂਰਾ ਆਪਣਾ ਤਨਮਨ ਧਨ ਲਾ ਕੇ ਰਾਜਕਮਰ ਚੱਬੇਵਾਲ ਜੀ ਨੂੰ ਹੁਸ਼ਿਆਰਪੁਰ ਤੋਂ ਜਿਤਾਇਆ ਅਗਰ ਪਾਰਟੀ ਉਹਨਾਂ ਦੇ ਬ੍ਰਦਰ ਨੂੰ ਉਹਨਾਂ ਦੀ ਭਾਬੀ ਨੂੰ ਇਹ ਉਹਨਾਂ ਦੇ ਬੇਟੇ ਨੂੰ ਕਿਸੇ ਨੂੰ ਵੀ ਟਿਕਟ ਦੇ ਦਿੰਦੀ ਹੈ ਤੇ ਆਪਾਂ ਫਿਰ ਆਪਣਾ ਤਨਮਨ ਧਨ ਲਾ ਕੇ ਉਹਨੂੰ ਵੀ ਜਿਤਾਵਾਂਗੇ ਇਹ ਤੇ ਹੁਣ ਪਾਰਟੀ ਦਾ ਡਿਸੀਜਨ ਹੈ ਪਾਰਟੀ ਜਿਹਨੂੰ ਮਰਜ਼ੀ ਲੜਾ ਸਕਦੇ ਆ ਪਾਰਟੀ ਮੈਨੂੰ ਲੜਨ ਨੂੰ ਕਹੇਗੀ ਤਾਂ ਮੈਂ ਵੀ ਲੜਾਂਗਾ ਸੋ ਤੁਸੀਂ ਇਹ ਗੱਲ ਕੀਤੀ ਕਿ ਪਾਰਟੀ ਦੇ ਵਫਾਦਾਰ ਸਿਪਾਹੀ ਦੇ ਤੌਰ ਦੇ ਉੱਤੇ ਮੈਂ ਮਹੱਤਵਪੂਰਨ ਭੂਮਿਕਾ ਨਿਭਾਵਾਂਗਾ ਚਬਿਆਲ ਹਲਕਾ ਇੱਕ ਬਹੁਤ ਅਹਿਮ ਹਲਕਾ ਹੋ ਗਿਆ ਹੁਣ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਦਾਅਵੇਦਾਰ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਆ ਸਕਦੇ ਆ ਤੁਹਾਨੂੰ ਵੀ ਦਾਅਵੇਦਾਰ ਦੇ ਤੌਰ ਤੇ ਲਿਖਿਆ ਜਾਂਦਾ ਤੁਹਾਡਾ ਅਗਰ ਮੌਕਾ ਮਿਲਦਾ ਕਿਉਂਕਿ ਤੁਹਾਡੀ ਬਿਲੋਂਗਿੰਗ ਵੀ ਚੱਬੇਵਾਲ ਦੇ ਨਾਲ ਤੁਹਾਡੇ ਨਾਨਾ ਜੀ ਉੱਥੋਂ ਦੇ ਸੀਗੇ ਕੀ ਕੀ ਵਿਜ਼ਨ ਤੁਹਾਡਾ ਰਹਿਣ ਵਾਲਾ ਚੱਬੇਵਾਲ ਦੇ ਵਿਕਾਸ ਵਾਸਤੇ ਔਰ ਹੁਸ਼ਿਆਰਪੁਰ ਦੇ ਡਾਕਟਰ ਰਾਜਕੁਮਾਰ ਹੋਣ ਦਾ ਸਹਿਯੋਗ ਜਿਹੜਾ ਕਿੱਦਾਂ ਲਾਓਗੇ ਦੇਖੋ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਵੈਸੇ ਹੀ ਇੱਕ ਬਹੁਤ ਹੀ ਸੂਝਵਾਨ ਲੀਡਰ ਹਨ ਤੁਹਾਨੂੰ ਪਤਾ ਹੀ ਹੈ ਤੁਸੀਂ ਪੁਰਾਣੇ ਜਰਨਲਿਸਟ ਹੋ ਉਹਨਾਂ ਨੇ ਆਲਰੇਡੀ ਕੰਸਟੀਟੂਐਂਸੀ ਲਈ ਬਹੁਤ ਕੁਝ ਕੀਤਾ ਹੈ ਤੇ ਹੁਣ ਕਿਉਂਕਿ ਉਹਨਾਂ ਨੇ ਦਿੱਲੀ ਚਲੇ ਜਾਣਾ ਹੈ ਉਹ ਐਮਪੀ ਬਣ ਗਏ ਉਹਨਾਂ ਨੇ ਸਾਰੇ ਹੁਸ਼ਿਆਰਪੁਰ ਲੋਕ ਸਭਾ ਨੂੰ ਦੇਖਣਾ ਹੈ ਔਰ ਸਾਰੀ ਲੋਕ ਸਭਾ ਦੀ ਆਵਾਜ਼ ਉੱਥੇ ਤੱਕ ਪਹੁੰਚਾਣੇ ਆ ਤੇ ਚੱਬੇਵਾਲ ਅਸੀਂ ਚਾਹਾਂਗੇ ਕਿ ਚੱਬੇਵਾਲ ਕੰਸਟੀਟੂਐਂਸੀ ਵੀ ਪਹਿਲੇ ਵਾਂਗੂ ਹੀ ਵਧੇ ਉੱਥੇ ਤਰੱਕੀ ਹੋਵੇ ਬੇਰੋਜ਼ਗਾਰੀ ਜੋ ਥੋੜੀ ਬਹੁਤ ਉੱਥੇ ਹੈ ਉਹਨੂੰ ਅਸੀਂ ਖਤਮ ਕਰੀਏ ਸੋ ਜੋ ਵੀ ਪਿੰਡਾਂ ਦੀਆਂ ਜ਼ਰੂਰਤਾਂ ਛੋਟੀਆਂ ਮੋਟੀਆਂ ਚਾਹੇ ਉਹ ਗਲੀਆਂ ਨਾਲੀਆਂ ਚਾਹੇ ਸੀਵਰੇਜ ਸਿਸਟਮ ਹੈ ਚਾਹੇ ਪਾਣੀ ਦੀਆਂ ਟੈਂਕੀਆਂ ਜੋ ਵੀ ਰਿਕੁਆਇਰਮੈਂਟ ਹੈ ਉੱਥੇ ਮੈਂ ਚਾਹਾਂਗਾ ਕਿ ਆਪਾਂ ਸਰਕਾਰ ਦੇ ਥਰੂ ਉਹਨੂੰ ਪੂਰਾ ਕਰੀਏ ਬਿਕੋਨਸਟਿਊਐਂਸੀ ਨੂੰ ਇਹ ਨਾ ਲੱਗੇ ਕਿ ਉਹਨਾਂ ਦਾ ਲੀਡਰ ਦਿੱਲੀ ਚਲਾ ਗਿਆ ਤੇ ਪਿੱਛੇ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ ਇਸ ਨਰਕੇਸ਼ ਸ਼ੋਮਨ ਜੀ ਮਹੱਤਵਪੂਰਨ ਦਾਵੇਦਾਰੀ ਚੱਬੇਵਾਲ ਤੋਂ ਔਰ ਚੱਬੇਵਾਲ ਕੰਸਟਿਊਐਂਸੀ ਰਹੀ ਹੁਣ ਸਾਰਿਆਂ ਦੀ ਨਜ਼ਰਾਂ ਕਿ ਕਿਸ ਤਰੀਕੇ ਦੇ ਨਾਲ ਇਹ ਵਿਧਾਨ ਸਭਾ ਖੇਤਰ ਜਿਹੜਾ ਆਉਣ ਵਾਲੇ 22 ਇਲੈਕਸ਼ਨ ਦੇ ਵਿੱਚ ਪਰਫਾਰਮ ਕਰੇਗਾ ਆਪ ਪਾਰਟੀ ਕਿਸ ਨੂੰ ਟਿਕਟ ਦਿੰਦੀ ਹੈ ਔਰ ਬਾਕੀ ਪਾਰਟੀਆਂ ਦਾ ਕੀ ਰੁਖ ਰਹਿਣ ਬੜਾ ਸੋ ਸਾਡੇ ਨਾਲ ਬੇਬਾਕੀ ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਕਿ ਮੈਂ ਲੋਕਾਂ ਦੇ ਰੂਬਰੂ ਕਰ ਰਿਹਾ ਹਾਂ